ਮੇਰੇ ਸਭ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਹੁਣ ਮੈਂ ਤੁਹਾਡੇ ਸਾਹਮਣੇ ਜੋ ਪੰਜਾਬ ਦੇ ਮਹਾਨ ਯੋਧੇ ਹੋਏ ਆ, ਬਾਹੂਬਲੀ ਅਤੇ ਸੁਲਤਾਨ, ਤੁਸੀਂ ਫਿਲਮ ਬਹੁਤ ਦੇਖੀ ਆ ਜੀ, ਪਰ ਤੁਸੀਂ ਪੰਜਾਬ ਦੇ ਬਾਹੂਬਲੀ ਅਤੇ ਸੁਲਤਾਨ ਨੂੰ ਨਹੀਂ ਜਾਣਦੇ ਕਿ ਕਿਹੜੇ ਕਿਹੜੇ ਨੇ। ਅਤੇ ਜੋ ਮੇਨ ਟਾਈਟਲ ਆ ਪੰਜਾਬ ਦੇ ਜੋ ਬਾਹੂਬਲੀ ਅਤੇ ਸੁਲਤਾਨ, ਉਹਨਾਂ ਬਾਰੇ ਸੁਣਾਉਣ ਲੱਗਾ, ਜ਼ਰਾ ਗੌਰ ਨਾਲ ਸੁਣਿਓ। ਰਣਜੀਤ ਸਿੰਘ ਨੇ ਦੁਨੀਆ ਨੂੰ ਹਿਲਾਇਆ ਸੀ, ਜਬਰ ਜ਼ੁਲਮ ਤੋਂ ਕੰਮ ਨੂੰ ਬਚਾਇਆ ਸੀ, ਹਰੀ ਸਿੰਘ ਨੂੰ ਖੋਫ ਵਾਲਾ ਪਾਇਆ ਸੀ, ਜਿੱਥੇ ਅਫਗਾਨ ਝੰਡਾ ਉੱਥੇ ਲਹਿਰਾਇਆ ਸੀ, ਜੋ ਤੱਕਦਾ ਸੀ ਬੁਰਾ ਕੌਮ ਨੂੰ ਕੱਢ ਲੈਂਦੇ ਉਹਦੀ ਜਾਨ, ਇਹੀ ਅਸਲੀ ਰੀਅਲ ਹੀਰੋ ਬਾਹੂਬਲੀ ਤੇ ਸੁਲਤਾਨ, ਇਹੀ ਅਸਲੀ ਰੀਅਲ ਹੀਰੋ ਬਾਹੂਬਲੀ ਤੇ ਸੁਲਤਾਨ। ਭਗਤ ਸਿੰਘ ਫਾਂਸੀ ਅਸਗਾਰੇ ਪਾ ਗਿਆ, ਗੋਰੀ ਸਰਕਾਰ ਦਾ ਢਾਂਚਾ ਪੂਰਾ ਢਾ ਗਿਆ, ਊਧਮ ਸਿੰਘ ਜਾ ਕੇ ਲੰਡਨ ਚ ਛਾ ਗਿਆ, ਇੱਕ ਚ ਮਾਰ ਗੋਲੀ ਕੱਚਾ ਢੇਰ ਖਾ ਗਿਆ, ਤਾਂ ਹੀ ਤਾਂ ਅੱਜ ਸਾਡੇ ਦੇਸ਼ ਨੂੰ ਕਹਿੰਦੇ ਭਾਰਤ ਮਹਾਨ, ਇਹੀ ਅਸਲੀ ਰੀਅਲ ਹੀਰੋ ਬਾਹੂਬਲੀ ਤੇ ਸੁਲਤਾਨ, ਇਹੀ ਅਸਲੀ ਰੀਅਲ ਹੀਰੋ ਬਾਹੂਬਲੀ ਤੇ ਸੁਲਤਾਨ। ਦਾਰਾ ਸਿੰਘ ਕੁਸ਼ਤੀ ਚ ਨਾਮ ਕਮਾ ਗਿਆ, ਕਈ ਪਹਿਲਵਾਨਾਂ ਨੂੰ ਅਸੀਂ ਹਰਾ ਗਿਆ, ਕੌਣੇ ਇਹਨਾਂ ਦੌੜੋਂ ਮਿਲਖਾ ਜੋ ਦੌੜ ਲਾ ਗਿਆ, ਵਿਸ਼ਵ ਚ ਆਪਣਾ ਰਿਕਾਰਡ ਬਣਾ ਗਿਆ, ਜਿੱਤ ਜਿੱਤ ਕੇ ਗੋਲਡ ਮੈਡਲ ਬਣਾਈ ਬੱਕਰੀ ਸ਼ਾਨ, ਇਹੀ ਅਸਲੀ ਰੀਅਲ ਹੀਰੋ ਬਾਹੂਬਲੀ ਤੇ ਸੁਲਤਾਨ, ਇਹੀ ਅਸਲੀ ਰੀਅਲ ਹੀਰੋ ਬਾਹੂਬਲੀ ਤੇ ਸੁਲਤਾਨ। ਫੁਰਤੀਲਾ ਸਾਰਾ ਹੀ ਕੰਮ ਕਰਾ ਗਿਆ, ਸਿੰਘ ਸਰਾਭਾ ਗਦਰ ਸੀ ਚਲਾ ਗਿਆ, ਸੁਪਨੇ ਚ ਸੈਨਿਕਾਂ ਨੂੰ ਸੱਚ ਸੁਣਾ ਗਿਆ, ਚੀਨ ਹਿੰਦਾ ਬਾਰਡਰ ਬਾਬਾ ਭਜਨ ਆ ਗਿਆ, ਘਰੇ ਆਤਮਾ ਰਾਖੀ ਦੇਸ਼ ਦੀ ਅੰਦਰ ਨਾ ਬੜੇ ਸ਼ੈਤਾਨ, ਇਹੀ ਅਸਲੀ ਰੀਅਲ ਹੀਰੋ ਬਾਹੂਬਲੀ ਤੇ ਸੁਲਤਾਨ, ਇਹੀ ਅਸਲੀ ਰੀਅਲ ਹੀਰੋ ਬਾਹੂਬਲੀ ਤੇ ਸੁਲਤਾਨ। ਰਵੀ ਨੰਗਲ ਵਾਲਾ ਆਖੇ ਜਦ ਰੱਖੋ ਇਹ ਬਲੀਦਾਨ, ਇਹੀ ਅਸਲੀ ਰੀਅਲ ਹੀਰੋ ਬਾਹੂਬਲੀ ਤੇ ਸੁਲਤਾਨ। ਸਤਿ ਸ਼੍ਰੀ ਅਕਾਲ ਜੀ ਸਭ ਨੂੰ।